हाँ छोड़ लो। अस्सलाम वालेकुम जी, वेलकम हो गया जी पिजन कॉर्नर चैनल। दोस्तों सलात व सलाम अलैका या सैयदी या रसूल अल्लाह व अला आलिक व सहाबिक या सैयदी या हबीब अल्लाह। आ टाइम देख लो जी, रात का नेरा हो गया वा। ठीक है जी, यह भाई का कबूतर है ना, मैं तुम दिखाना वा कबूतर। यह रात को हूँ मैं इन्हों के घर इंटर होया वा, तो पिछों आ गया कबूतर बह गया। कहिंदा सवेर दे हड़ी कहिंदे कबूतर ने बहिंदा लाइट दे, तो कबूतर बह गया। यह होंदियां किस्मतां दे सौदे। और जेड़े छे पट्ठियां पट्ठे इन्हां दे माशाल्लाह ऐतकी इन्हां ने अड़ाने से ना, चैंपियन चेतर विसाख च बाजियां लाउणियां सी, वह भी मैनूं देते और मुकम्मल सैटअप देता। इदां ही भाजी बिल्कुल एक कबूतर नहीं रखिया। और यकीन करो भाई, अपने मूँह दसूँ जिहदे भाजी ताड़ी तस्वीर नहीं विच आउंदी, तुसीं मैनूं कबूतरों फड़ फड़ के दिखाउणा वा। जिहदे बच्चे ते बच्चे शाम शाम तक, पहले वह टैडी दिखाओ जिहड़ा हुण नेरे च बैठा मेरे सामने। दिखाओ लो भाई जान, आ टैडी कबूतर हुण मेरे सामने इत्थे लात नूं ना लेटां ते बैठा भाजी। ਇਹ ਜਿਹੜਾ ਕਬੂਤਰ ਭਾਈ ਜਾਨ ਦਾ, ਮਾਂ ਪਿਓ ਵੀ ਇਹਦਾ ਵਿੱਚ ਹੈ ਜੀ। ਮਾਂ ਪਿਓ ਵੀ ਮੈਨੂੰ ਦੇ ਦੇਣਾ ਹੁਣ, ਇਹਦਾ ਮਾਂ ਪਿਓ ਵੀ ਤੁਸੀਂ ਮੈਨੂੰ ਦਿਖਾ ਦੇਣਾ। ਠੀਕ ਆ ਭਾਜੀ, ਇਹਦਾ ਪਰ ਦਿਖਾਓ ਜ਼ਰਾ, ਚੈੱਕ ਕਰੋ ਸਰ, ਮਜ਼ਾ ਨਹੀਂ ਆ ਗਿਆ। ਇਹ ਭਾਜੀ ਸੱਤ ਪਰ ਦਾ ਪੱਠਾ ਹੀ ਆ, ਤਾਂ ਹੁਣ ਰਾਤ ਨੂੰ ਨੇਰ 'ਤੇ ਬੈਠਾ। ਟਾਈਮ ਹੋ ਗਿਆ ਜੀ 7:25, 7:25 ਦੇ ਦੋ, ਮੈਂ ਚੈੱਕ ਕਰੋ ਇਹਦੀ। ਇਹਦਾ ਦੂਸਰਾ ਭਰਾ ਵੀ ਦਿਖਾਓ। ਹਾਂਜੀ ਮੈਂ ਤੁਹਾਨੂੰ ਦਿਖਾਉਂਗਾ। ਇਹਦਾ ਦੂਸਰਾ ਭਰਾ ਵਾ ਜੀ, ਚੈਂਪੀਅਨ ਆਫ ਦੀ ਚੈਂਪੀਅਨ। ਇਹ ਚੈੱਕ ਕਰੋ, ਇੱਕੋ ਘਰ ਦੀ ਨਸਲ ਬਣਾਈ ਭਰਾ ਨੇ। ਮਾਸ਼ਾਅੱਲਾ, ਸੇਮ ਕਾਪੀ ਹੈ। ਔਰ ਭਾਈ ਨੇ ਮੈਨੂੰ ਗਰੰਟੀ ਦਿੱਤੀ ਇੱਕ ਪਰ, ਖੋਲੋ ਜ਼ਰਾ ਦੇਖੋ ਮਾਸ਼ਾਅੱਲਾ ਪੱਲੇ। ਬਸ ਇੱਥੇ ਥੋੜ੍ਹਾ ਜਿਹਾ ਪਰ ਬੰਦ ਕਰੋ ਇੱਥੇ, ਇਹ ਹੈ ਇਹ 8, 9, 10 ਇੱਕੋ ਜਿਹੇ ਪਰ ਨਾਰ ਰਲ ਰਹੇ ਨੇ। ਇਹ ਭਾਈ ਜਾਨ ਦੇਖ ਲਓ, ਜਿਹੜੇ ਕਹਿੰਦੇ ਸੀ ਮਾਦੀ ਦੇ ਪਰ, ਉਹਦੇ ਚੰਗੇ ਆ, ਦੇਖ ਲਓ ਸਾਡੇ ਕੋਲ ਨਾਰ। ਇਹ ਦੇਖ ਲਓ ਖਾਕੀ, ਕਮਾਲ ਆ ਜੀ ਕਮਾਲ। ਇੱਧਰ ਹੀ ਛੱਡ ਲਓ, ਫਿਰ ਆਪਾਂ ਡੱਬੇ ਪਾ ਲਾਂਗੇ। ਅੱਛਾ, ਡੱਬਾ ਲਿਆਵਾਂ ਵਿੱਚ ਹੀ ਪਾਈ ਜਾਈਏ, ਕੋਈ ਗੱਲ ਨਹੀਂ, ਕਿਉਂ ਗਿਣ ਲਾਂਗੇ ਬਾਅਦ ਤਸੱਲੀ ਨਾਲ। ਲਓ ਭਾਜੀ, ਇਸ ਕਬੂਤਰਾਂ ਦਾ ਮਾਂ ਪਿਓ, ਇਹਦੀ ਪੱਠੀ ਵੀ ਹੈ ਇੱਕ, ਉਹ ਮੈਂ ਪੱਠੀ ਨਹੀਂ ਤੁਹਾਨੂੰ ਦਿਖਾਈ। ਇਹ ਇੱਥੇ ਦੇਖੋ ਇਹ ਨਰ ਜੇ, ਇੱਕ ਮਿੰਟ ਜ਼ਰਾ, ਛੋਟਾ ਜਿਹਾ ਸ਼ੌਕ ਆ ਭਾਈ ਦਾ, ਸਿਰਫ 8-10 ਜੋੜਿਆਂ ਦਾ। ਇਹ ਨਰ ਕਿਹੜਾ ਵਾ ਜੀ, ਦੱਸੋ ਜ਼ਰਾ। ਐਸਾ ਟੈੜੀ ਕਬੂਤਰ ਹੈਗੇ ਨੇ ਪੁਰਾਣੇ। ਅੱਛਾ, ਜਿਹੜੇ ਲੋਕਾਂ ਨੇ ਅੱਜ ਕੱਲ੍ਹ ਮੀਆਂ ਨਜ਼ੀਰ ਵਾਲੇ ਕਹਿੰਦੇ ਨੇ। ਅੱਛਾ, ਇਹ ਕਬੂਤਰ? ਹਾਂਜੀ, ਇਹ ਦੇਖੋ ਜੀ, ਬਤਾਊ ਘਾਟੇ ਲੋਕ ਕਹਿੰਦੇ ਨੇ ਜੀ। ਇਹ ਬਤਾਊ ਘਾਟੇ, ਰਾਤ ਦਾ ਨੇਰਾ ਇਸ ਲਈ ਤੁਹਾਨੂੰ ਘਾਟਾ ਨਹੀਂ ਨਜ਼ਰ ਆਏਗਾ। ਦਿਖਾਓ ਜ਼ਰਾ ਹੁਣ ਇਹਦਾ। ਇਹ 5 ਜੀ, ਵਾਹ ਵਾਹ, ਪਰ ਖੋਲੋ ਜ਼ਰਾ, ਕਟਿਆ ਕਬੂਤਰ। ਵਾਹ ਜੀ ਵਾਹ, ਕਮਾਲ ਹੋ ਗਿਆ। ਇਹ ਤਾਂ ਮਾਂ ਪਿਓ ਹੀ ਹੋ, ਇਹ ਇਹ ਲਓ, ਨਾਲ ਗਿਣੀ ਜਾਵਾਂਗੇ। ਹੈ ਜੀ, ਇਹ ਮਾਦੀ ਇਹਦੇ ਨਾਲ ਲੱਗੀ ਸਰ, ਇਹ ਮੇਰੀ ਫੇਵਰੇਟ ਮਾਦੀ। ਦੇਖੋ ਮਾਂ ਅਤੇ ਗੇ ਦੋਨੀ ਪੱਠੇ, ਇਹ ਚੈੱਕ ਕਰੋ ਜ਼ਰਾ। ਪਰ ਭਾਅ ਜੀ ਇਹਨਾਂ ਨੇ ਮੈਨੂੰ ਕਿਹਾ ਵਾ, ਸਾਖੀ ਭਾਈ ਇਹਦਾ ਬੱਚਾ ਜੋੜੇ ਦਾ ਤੁਹਾਡੇ ਕੋਲ ਨਾ ਉੜੇ, ਅਤੇ ਆਹ ਜੋੜਾ ਮੇਰੇ ਇੱਥੇ ਖੁੱਡੇ 'ਚ ਸਿੱਟ ਗਏ ਨਾ, ਇੱਥੇ ਬਸ 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 ਬਸ, ਜੋੜਾ ਸਿੱਟ ਗਏ ਅਤੇ ਮੇਰੇ ਕੋਲ ਆ ਕੇ ਸਾਰੇ ਕਬੂਤਰਾਂ ਦੇ ਪੈਸੇ ਲੈ ਜਾਣੇ। ਜਿਹੜੇ ਜਿਹੜੇ ਤੁਸੀਂ ਕਬੂਤਰ ਮੇਰੇ ਕੋਲ ਲੈਣੇ ਨਾ, ਜਿੰਨੇ ਦੇ ਉਹਨੇ ਤਾਂ ਤੁਸੀਂ ਸਾਰੇ ਕਬੂਤਰ ਲੈਣੇ, ਅਗਰ ਇਹ ਜੋੜੇ ਦੇ ਬੱਚੇ ਨਾ ਉੜਨ ਤਾਂ ਫੇਰ। ਠੀਕ ਹੈ ਜੀ, ਅਗਲੀ ਦੇਖੋ ਜੀ, ਆਹ ਕਬੂਤਰੀ ਬੜੀ ਤਰੀਫ ਭਾਈ ਹੀ ਕਰ ਰਹੇ ਸੀ। ਸਭ ਤੋਂ ਗੰਦਾ ਮੇਰੇ ਖੁੱਡੇ ਦਾ ਜੋੜਾ ਜੇ, ਜੇ ਕੋਈ 50,000 ਵੀ ਦਿੰਦਾ ਤਾਂ ਮੈਂ ਇਕੱਲਾ ਜੋੜਾ ਨਾ ਦਿੰਦਾ, ਮੇਰਾ ਇਹਨਾਂ ਨਾਲ ਪਿਆਰ ਹੈ ਅਤੇ ਮੈਂ ਇਹਨਾਂ ਨੂੰ ਜੋੜਾ ਦੇ ਰਿਹਾ। ਸਰ ਬਹੁਤ ਮਿਹਰਬਾਨੀ ਤੁਹਾਡੀ ਭਾਅ ਜੀ। ਸਰ ਇਹ ਜਿਸ ਇੱਟ 'ਤੇ ਉਡਾਓਗੇ ਇਨਸ਼ਾਅੱਲਾ ਉੱਥੇ ਹੀ ਆਉਣਗੇ। ਇੱਟ 'ਤੇ ਉਡੇਗਾ ਬੱਚਾ ਇਨਸ਼ਾਅੱਲਾ ਤਾਲਾ, ਕਹਾਵਤ ਬਣੀ ਇਹਨਾਂ, ਦੇਖ ਲਓ ਇਹ ਮਾਦੀ ਭਾਅ ਜੀ, ਆ ਚੈੱਕ ਕਰੋ ਮਾਦੀ ਦੇ ਪਾਰ ਭਾਅ ਜੀ। ਭਾਅ ਜੀ ਇਹਨਾਂ ਨਾਲ ਵੀਡੀਓ 'ਚ ਨਹੀਂ ਆਉਣਾ ਚਾਹੁੰਦੇ, ਮੇਰੇ ਬਹੁਤ ਅੱਛੇ ਫੈਨ ਫਾਲੋਅਰ ਆ, ਮੇਰੇ ਬਹੁਤ ਅੱਛੇ ਦੋਸਤ ਆ, ਮੇਰੇ ਨਾਲ ਇੰਨਾ ਕੁ ਪਿਆਰ ਆ, ਅਤੇ ਮੈਨੂੰ ਕਹਿੰਦੇ ਸਾਖੀ ਭਾਈ ਮੈਨੂੰ ਕੋਈ 1,00,000 ਵੀ ਦੇਵੇ, ਆਹ ਹਾ ਹਾ ਮਜ਼ਾ ਆ ਗਿਆ। ਪੰਜੇ ਦੇਖ ਲਵੋ, ਪੰਜੇ ਦੇਖੋ ਕਿੱਡੇ ਖੁਸ਼ਕ ਮਾਦੀ ਦੇ ਪੰਜੇ, ਵਾਹ ਜੀ ਵਾਹ। ਬੰਤਰ ਚੈੱਕ ਕਰੋ, ਮੈਨੂੰ ਕਹਿੰਦਾ ਭਾਅ ਜੀ ਮੈਨੂੰ ਇੱਥੇ ਜਿੰਨੇ 12 ਪਾਰ ਜੇ ਦੁੰਮ ਤੇ ਗਿਣ ਸਕਦੇ ਹੋ ਤੇ ਉਹਨੂੰ ਕਹੋ ਦੁੰਮ ਖੋਲ ਕੇ ਵਹਾਵੇ। ਅੱਛਾ ਲੋ ਭਾਅ ਜੀ, ਕਮਾਲ ਨਹੀਂ ਹੋ ਗਿਆ ਮਾਰਨਾ, ਮਾਸ਼ਾਅੱਲਾ ਮਾਸ਼ਾਅੱਲਾ, ਅੱਲਾ ਨਜ਼ਰੇ ਬਾਤ ਤੋਂ ਬਚਾਏ। ਸਰ ਦੇਖੋ ਮਾਦੀ ਦੀ ਖਲੋਣੀ ਵੀ ਹੈ ਕਿ ਨਹੀਂ, ਇਹਦਾ ਨਾ ਨਰ ਲੱਗਾ ਜੀ ਆਹ ਜਿਹੜਾ। ਓਏ ਹੋਏ ਹੋਏ ਹੋਏ, ਭਾਅ ਜੀ ਨਰ ਕਿੱਥੋਂ ਚੁੱਕ ਲਿਆਂਦੇ ਤੁਸੀਂ? ਕਿਹਾ ਸਾਹ ਜੀ, ਅਸਲ ਕਬੂਤਰ ਨੇ ਉਸ ਯੂਸਫ ਖਾਨ ਵਾਲੇ ਜਿਹੜੇ ਫਿਲਮ ਐਕਟਰ ਸੀ। ਅੱਛਾ, ਅਗਲੇ ਦੇ ਨਾਮ ਸੁਣਨ ਦਿਆਂ ਸੀ ਯੂਸਫ ਖਾਨ ਫਿਲਮ ਐਕਟਰ ਜਿਹੜੇ। ਹਾਂਜੀ, ਇਹਨਾਂ ਲੋਕ ਕਹਿੰਦੇ ਨੇ ਲਾਲਾ ਫਰੀਦ ਖਾਨ ਸਾਹਿਬ ਵਾਲੇ ਬਾਂਕੇ ਵੀ ਕਹਿੰਦੇ ਨੇ, ਕਈ ਫਿਰੋਜ਼ਪੁਰੀ ਵੀ ਕਹਿੰਦੇ ਨੇ। ਅੱਛਾ ਲਓ ਸਰ, ਹੁਣ ਮਜ਼ਾ ਆਏਗਾ ਵੀਡੀਓ ਦਾ ਸਰ, ਇਹ ਲਓ। ਇਹ ਭਾਅ ਜੀ ਫਰੀਦ ਖਾਨ ਸਾਹਿਬ ਦੇ ਘਰ ਦਾ ਕਬੂਤਰ, ਤੁਹਾਡੇ ਕੋਲ ਕਿੱਥੋਂ ਆਇਆ ਭਾਅ ਜੀ ਇਹ? ਇਹ ਸਰ ਮੈਨੂੰ ਗਿਫਟ ਮਿਲਿਆ ਸੀ ਮੇਰੇ ਉਸਤਾਦ ਸਾਹਿਬ ਕੋਲੋਂ। ਅੱਛਾ, ਉਸਤਾਦ ਦਾ ਨਾਮ ਦੱਸਣਾ ਮਨਾ ਪਸੰਦ ਕਰੋਗੇ ਕਿ ਨਹੀਂ? ਜੀ ਸਰ ਜੀ, ਜ਼ਰੂਰ ਦੱਸਾਂਗੇ ਜੀ। ਉਸਤਾਦ ਰਹਿਮਤੁੱਲਾ, ਉਸਤਾਦ ਰਹਿਮਤੁੱਲਾ, ਮਾਸ਼ਾਅੱਲਾ ਯਾਰ, ਉਸਤਾਦ ਨੇ ਗਿਫਟ ਦਿੱਤਾ ਤੇ ਦਿੱਤਾ, ਮੈਂ ਪਹਿਲੀ ਵਾਰ ਦੇਖਿਆ ਕਿਸੇ ਉਸਤਾਦ ਨੇ ਚੰਗਾ ਗਿਫਟ ਫ੍ਰੀ ਦਿੱਤਾ ਹੋਵੇ। ਕੋਈ ਗੱਲ ਨਹੀਂ ਸਰ, ਇਹ ਜੋੜਾ ਦੇਖੋ ਭਾਅ ਜੀ, ਮੈਨੂੰ ਕਹਿੰਦੇ ਇੱਟ ਤੋਂ ਬੱਚਾ ਉਡਾਏਗਾ, ਇੱਟ ਤੇ ਨਾ ਪਵੇ ਤੇ ਤਾਂ ਵੀ ਆਪਣੇ ਪੈਸੇ ਲੈ ਜੀ ਸਰ। ਤੇ ਮੈਂ ਇਹਦਾ ਘਰ ਮੈਨੂੰ ਪਤਾ ਵਾ, ਦੂਰ ਨਹੀਂ ਹੈਗਾ ਮੇਰੇ ਤੋਂ। ਇਹ ਸਰ ਇਹਨਾਂ ਦੇ ਲਾਲ ਭਰੀ ਕਬੂਤਰ ਆ, ਦੱਸੋ ਭਾਅ ਜੀ ਇਹਦੇ ਬਾਰੇ। ਇਹ ਉਸਤਾਦ ਮੀਆਂ ਨਜ਼ੀਰ ਵਾਲੇ ਨੇ। ਅੱਛਾ, ਲਾਲ ਭਰੀ ਕਬੂਤਰ ਤੁਹਾਡੇ ਕੋਲ ਕਿੱਥੋਂ ਆ ਗਏ? ਇਹ ਸਰ ਕਿਸੇ ਦੋਸਤ ਕੋਲੋਂ ਆਇਆ ਸੀ ਮੈਨੂੰ। ਵਾਹ ਜੀ ਵਾਹ, ਰਿੰਗ ਤੇ ਵਾਕਈ ਬੜੀ ਅੱਛੇ ਭਾਅ ਜੀ।
ਔਰ ਇਹ ਇਹਦਾ ਪੱਲਾ ਜੇ ਇਹਦੇ ਬਾਰੇ ਚ ਤੁਸੀਂ ਮੈਨੂੰ ਕਾਇਆ ਵੇਸ ਕੇ ਕਿਹਦਾ ਬੱਚੇ ਦੇ ਬਾਰੇ ਚ ਹਾਂਜੀ ਅਲਹਮਦੁਲਿਲਾ ਇਹਦੀ ਗਾਰੰਟੀ ਹੋਏਗੀ ਹਰ ਤਰ੍ਹਾਂ ਦੀ ਪੰਜ ਜੋੜੇ ਜਿਹੜੇ ਨੇ ਫਿਕਸ ਨੇ ਲੱਗੇ ਅੱਛਾ ਅੱਛੇ ਉਸਤਾਦਾਂ ਵਾਲੇ ਕਬੂਤਰ ਨੇ ਵਾਹ ਜੀ ਵਾਹ ਉਸਤਾਦਾਂ ਵਾਲੇ ਭਾਜੀ ਦੇਖੋ ਮਾਸ਼ਾਅੱਲਾ ਦੇਖੋ ਮਾਦੀ ਦੀਆਂ ਖਲੋਣੀਆਂ ਬਹਿਣੀਆਂ ਲਾਲ ਪਰੀ ਕਬੂਤਰ ਦਾ ਮੈਂ ਕਰਕੇ ਮੈਂ ਸਾਰਾ ਸੈਟਅਪ ਲੈਣ ਆਇਆ ਭਰਾ ਕੋਲੋਂ ਸਿਰਫ ਇੱਕ ਲਾਲ ਪਰੀ ਕਬੂਤਰ ਦਾ ਕਰਕੇ ਇਹ ਮਾਦੀ ਲਾਲ ਪਰੀ ਕਬੂਤਰ ਨਾਲ ਲੱਗੀ ਇਹ ਵੀ ਲਾਲ ਪਰੀ ਇਹ ਮਾਦੀ ਲੱਗੀ ਜਿੰਦੇ ਨਾਲ ਇਹ ਵੀ ਭਾਜੀ ਲਾਲ ਪਰੀ ਹਾਂਜੀ ਇਹ ਵੀ ਲਾਲ ਪਰੀ ਮਾਦੀ ਅੱਛਾ ਪੱਟੀ ਪਠਾਇਆ ਸੀ ਸਾਨੂੰ ਕਿਸੇ ਕੋਲੋਂ ਅੱਛਾ ਬੱਚੇ ਵੱਡੇ ਕੀਤੇ ਹਾਂਜੀ ਕਮਾਲ ਨਹੀਂ ਹੋ ਗਿਆ ਯਾਰ ਮੇਰੇ ਵੱਡੇ ਭਾਈ ਗਨੇ ਸੋਦੀਆ ਚ ਉਹ ਲੈ ਕੇ ਆਏ ਸੀ ਕਿਸੇ ਕੋਲੋਂ ਓਹੋ ਤਾਂ ਹੀ ਫਿਰ ਗਿਫਟ ਮਿਲਿਆ ਸਰ ਚੈੱਕ ਕਰੋ ਪੱਲੇ ਜਰਾ ਇਹ ਐਲ ਮੇਰੇ ਭਾਈ ਲੈਣਾ ਦੇਣਾ ਨਸੀਬਾਂ ਦੀ ਗੱਲ ਆ ਸ਼ੌਕ ਕਰੋ ਭਾਈ ਦਾ ਔਰ ਯਕੀਨ ਕਰੋ ਮਾਦੀ ਮਾਇਆਪੁਰ ਹੋਈ ਜੇ ਮਾਇਆਪੁਰ ਮਤਲਬ ਮਾਦੀ ਅੰਡਿਆ ਤੇ ਆਈ ਹੈ ਅੱਛਾ 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 ਇੱਕ ਅੰਡਾ ਲਾਇਆ ਇਹਨੇ ਮੇਰਾ ਖਿਆਲ ਹਾਂਜੀ ਇਹ ਇਹ ਦੇਖੋ ਪਾਰਨ ਦਾ ਅੱਛਾ ਇਹਦੀ ਕੀ ਖਾਸੀਅਤ ਆ ਸਰ ਇਹ ਬੱਚੇ ਘਰ ਬਿਠਾਉਣ ਨੂੰ ਅੱਛਾ ਲੋ ਜੀ ਇੱਕ ਨਵੀਂ ਗੱਲ ਵੀ ਸਿੱਖਣ ਨੂੰ ਮਿਲੀ ਮੈਨੂੰ ਨਸੀਬ ਯਕੀਨ ਕਰੋ ਇਸ ਚੀਜ਼ ਦੇ ਬਾਰੇ ਚ ਪਤਾ ਭਾਈ ਨੇ ਮੈਨੂੰ ਦੱਸ ਦਿੱਤਾ ਮਾਸ਼ਾਅੱਲਾ ਦੇਖੋ ਕਬੂਤਰ ਭਾਜੀ ਭਾਈ ਕੋਲੋਂ ਸੈਟਅਪ ਆ ਛੋਟਾ ਜਿਹਾ ਦਾ ਸੈਟਅਪ ਆ 7-8 ਜੋੜਿਆਂ ਦਾ ਇਹ ਕਿਹੜੇ ਗੋਲਡਨ ਆ ਗਏ ਯਾਰ ਸਰ ਇਹ ਵੀ ਲਾਲਾ ਫਰੀਦ ਖਾਨ ਸਾਹਿਬ ਵਾਲੇ ਨੇ ਲਾਲ ਅੱਖਾਂ ਦੇ ਕਬੂਤਰ ਅੱਛਾ ਜੀ ਜਿਨ੍ਹਾਂ ਨੂੰ ਅੱਜ ਕੱਲ੍ਹ ਲੋਕ ਕਹਿ ਰਹੇ ਨੇ ਪ੍ਰਿੰਸ ਗੋਲਡਨ ਇਹਨਾਂ 'ਚੋਂ ਬਣੇ ਆ ਪ੍ਰਿੰਸ ਹਾਂਜੀ ਉਹ ਨਾਮ ਲੋਕਾਂ ਨੇ ਹਾਰਾ ਆਪਣੇ ਰੱਖ ਲਿੱਤੇ ਨੇ ਹੁਣ ਤਾਂ ਸਰ ਇਹਦਾ ਮੋਹਰਾ ਬੜਾ ਸ਼ਾਨਦਾਰ ਆ ਯਾਰ ਇਹਦਾ ਕੁੰਦਾ ਜੇ ਆ ਰਹੇ ਨੇ ਪਰ ਕੱਟਿਆ ਅਸੀਂ ਪੁੱਟਿਆ ਜਿਹੜੀਆਂ ਖਾਸ ਚੀਜ਼ਾਂ ਮੈਂ ਤਾਂ ਪਰ ਕੁੱਟੇ ਆ ਵੀ ਕਿਤੇ ਨਿਕਲਣਾ ਚਾਹੁੰਦੀ ਹੈ ਵੀ ਨਿਕਲ ਵੀ ਜਾਵੇ ਤਾਂ ਜਾਵੇ ਨਾ ਕਿਤੇ ਕਿਆ ਬਾਤ ਹੈ ਯਾਰ ਮਜ਼ਾ ਆ ਗਿਆ ਭਾਈ ਜਾਨ ਉਸਤਾਦ ਰਹਿਮਤੁੱਲਾ ਅੱਲਾ ਤਾਲਾ ਹੈਗੇ ਆ ਜ਼ਿੰਦੇ ਆ ਮਾਸ਼ਾਅੱਲਾ ਅੱਲਾ ਤਾਲਾ ਨੂੰ ਜ਼ਿੰਦਗੀ ਸੇ ਤੰਦਰੁਸਤ ਦੇਵੇ ਤੁਹਾਡੇ ਉਸਤਾਦ ਨੇ ਕਿਹਾ ਉਸਤਾਦ ਨੇ ਮੈਨੂੰ ਜ਼ਿੰਦਗੀ 'ਚ ਇੱਕੋ ਹੀ ਗਿਆ ਸੀ ਸ਼ੈ ਚੰਗੀ ਰੱਖੀ ਤੇ ਇੱਕੋ ਹੀ ਰੱਖੀ ਭਵਾਂ ਦੰਦ ਨਾ ਪਾਈ ਖੁੱਡੇ 'ਚ ਐਸੇ ਕਬੂਤਰ ਦੀ ਮਾਦੀ ਜੀ ਸਰ ਮਾਦੀ ਜਾਂਦੀ ਸਰ ਇਹ ਵੀ ਮਜ਼ਾ ਆ ਗਿਆ ਜਨਾਬ ਮਾਸ਼ਾਅੱਲਾ ਅੱਲਾ ਨਜ਼ਰੇ ਬਾਤ ਤੋਂ ਬਚਾਏ ਜੀ ਇਹ ਪਿਓਰ ਹੀ ਜੋੜਾ ਲਾਇਆ ਜੀ ਸਰ ਜੀ ਇਹਦਾ ਬੱਚਾ ਡਾਗ ਚੈੱਕ ਕੀਤਾ ਤੁਸੀਂ ਅਲਹਮਦੁਲਿਲਾ ਅਲਹਮਦੁਲਿਲਾ ਜਿਹੜੇ ਤੁਹਾਨੂੰ ਵਿੱਚ ਜੇ 4-5 ਬੱਚੇ ਦੇ ਰਹੇ ਇਹਨਾਂ ਦੇ ਨੇ ਅੱਛਾ ਗਰੰਟੀ ਨਾਲ ਕੋਈ ਬਾਹਰ ਦਾ ਕਬੂਤਰ ਨਹੀਂ ਇਹਨਾਂ ਦੀ ਛਾਤੀ ਮੈਂ ਤੁਹਾਨੂੰ ਸ਼ੌਕ ਕਰਉਂਦਾ ਮਾੜਾ ਆ ਇਹ ਖਾਕੀ ਪਰ ਦੇਖ ਲਓ ਇਹਦਾ ਵਾਹ ਜੀ ਵਾਹ ਇਹਦੀ ਕੀ ਖਾਸੀਅਤ ਹੈ ਸਾਰੇ ਬੱਚੇ ਘਰ ਵਾਪਸ ਲਿਆਉਂਦੇ ਨੇ ਜਿਨ੍ਹਾਂ ਨੂੰ ਕਬੂਤਰ ਬਾਦ ਨੂੰ ਪਤਾ ਉਹ ਇਹਨਾਂ ਨੂੰ ਬਹੁਤ ਲਾਈਕ ਕਰਦੇ ਨੇ ਭਾਜੀ ਇਹ ਖੁੱਡੇ ਤੇ ਸਿਰਫ ਮਾੜਾ ਜਿਹਾ ਆ ਰੱਖਿਆ ਇਹਨਾਂ ਨੇ ਸਿਰਫ ਆ ਧੁੱਪ ਮਤਲਬ ਕਿ ਨਾ ਕੋਈ ਜਾਲ ਨਹੀਂ ਹੈਗਾ ਸਿਰਫ ਢੰਗਾ ਜਿਹਾ ਲੱਗਾ ਵਾ ਸੋਟੀ ਜਾਈ ਹੋਰ ਕੁਛ ਨਹੀਂ ਇਹਨਾਂ ਦੇ ਖੁੱਡੇ ਦੇ ਵਿੱਚ ਹੈਗਾ ਵੀ ਜਿੱਦਾਂ ਜਾਲ ਹੁੰਦਾ ਕੋਈ ਸ਼ੈ ਹੁੰਦੀ ਕੋਈ ਸਿਲਸਿਲਾ ਨਹੀਂ ਗਾ ਇਹ ਟੁੱਟਾ ਆ ਖੁੱਡਾ ਵਾ ਵਿਚਾਰੇ ਦਾ ਔਰ ਬਲੀਵ ਕਰੋ ਇਹ ਭਾਈ ਦਾ ਖੁੱਡਾ ਟੁੱਟ ਗਿਆ ਵਾ ਕਹਿੰਦਾ ਬੱਚੇ ਪਾਲੀਏ ਕਿ ਖੁੱਡੇ ਪਾਲੀਏ ਇਹ ਲੋ ਇਹ ਖੁੱਡਾ ਟੁੱਟਾ ਵਾ ਤਾਂ ਕਰਕੇ ਭਰਾ ਨੇ ਸਰ ਜੋੜੇ ਮੈਨੂੰ ਦੇਤੇ ਆ ਕਹਿੰਦਾ ਜਦੋਂ ਜ਼ਿੰਦਗੀ ਦੇ ਫੇਰ ਬਣਾ ਲੂੰਗਾ ਓਏ ਹੋਏ 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 ਇਹ ਕਬੂਤਰ ਦਾ ਸ਼ੋਅ ਕਰਾਓ ਆਪਣੇ ਦੋਸਤਾਂ ਨੂੰ ਇਹਦੀ ਖਾਸੀਅਤ ਵੀ ਤੁਸੀਂ ਦੱਸੋ ਸਰ ਇਹ ਹੁਣ ਜਿਹੜੇ ਭਾਈ ਦੇਖ ਰਹੇ ਨੇ ਇਹ ਉਹਨਾਂ ਨੂੰ ਪਤਾ ਕਿ ਕੀ ਚੀਜ਼ ਹੈਗੀ ਹੈ ਬਲਾਕ ਕਬੂਤਰ ਹੈਗਾ ਨਸਲਾਂ ਬਣਾਉਣ ਵਾਲਾ ਕਬੂਤਰ ਹੈਗਾ ਅੱਛਾ ਹਾਂਜੀ ਇਹਦਾ ਮਤਲਬ ਇਹ ਸਾਖੀ ਭਾਈ ਆਪ ਰੱਖੇ ਹਾਂਜੀ ਇਹ ਆਪ ਰੱਖ ਲੈਣਾ ਤਾਂ ਬਿਹਤਰ ਹੋ ਗਏ ਤੁਹਾਡੇ ਕੋਲ ਕਾਫੀ ਦੋਸਤ ਮੰਗਣਗੇ ਦੇਣਾ ਨਾ ਅੱਛਾ ਨਸਲਾਂ ਬਣਾਉਣ ਵਾਲਾ ਕਬੂਤਰ ਹੈਗਾ ਵਾਹ ਜੀ ਇਹ ਹੈਗਾ ਕਿਹੜੀ ਨਸਲ ਭਾਜੀ ਸਾਰੇ ਵੀ ਲਾਲਾ ਫਰੀਦ ਖਾਨ ਸਾਹਿਬ ਵਾਲੇ ਨੇ ਭਾਜੀ ਇਹਨਾਂ ਨੇ ਸਾਰੇ ਕਬੂਤਰ ਲਾਲਾ ਫਰੀਦ ਖਾਨ ਸਾਹਿਬ ਦੇ ਘਰ ਦੇ ਰੱਖੇ ਸਰ ਚੈੱਕ ਕਰੋ ਜ਼ਰਾ ਕਬੂਤਰ ਇਹ ਦੇਖੋ ਮਾਸ਼ਾਅੱਲਾ ਅੱਛਾ ਤੁਸੀਂ ਸਾਰੇ ਕਬੂਤਰ ਹੀ ਲਾਲਾ ਫਰੀਦ ਖਾਨ ਸਾਹਿਬ ਦੇ ਘਰ ਦੇ ਰੱਖੇ ਸਾਡਾ ਤਾਲੁਕ ਹੀ ਉਹਨਾਂ ਨਾਲ ਹੈਗਾ ਜ਼ਿਆਦਾ ਅੱਛਾ ਇਹ ਮਾਦੀ ਇਹਦੇ ਨਾਲ ਆਈ ਆ ਇਹ ਨਾਰੇਗਾ ਸਰ ਅੱਛਾ ਇਹ ਵੀ ਨਾਰੀ ਹੈ ਇਹ ਵੀ ਇਹਦਾ ਭਰਾ ਜੇ ਵਾਹ ਜੀ ਵਾਹ ਮਜ਼ਾ ਵੀ ਅੱਖ ਦੇ ਡੋਰੇ ਚੈੱਕ ਕਰ ਲਓ ਮੈਂ ਉਹੀ ਤੇ ਦੇਖਣ ਤਾਂ ਹੀ ਤੇ ਮੈਂ ਲੈਟ ਰੋਸ਼ਨੀ ਕੀਤੀ ਆ ਕਮਾਲ ਹੋ ਗਿਆ ਸਰ ਮੂਹਰੇ ਬੜੇ ਸ਼ਾਨਦਾਰ ਤੁਸੀਂ ਕਬੂਤਰਾਂ ਦੇ ਬਣਾਏ ਸਾਰਿਆਂ ਦੇ ਇੱਕੋ ਜਿਹੇ ਸਰ ਸਾਨੂੰ ਹੀਗਾ ਸ਼ੁਕੀਨ ਅਸੀਂ ਬਾਜ਼ੀਆਂ ਦੇ ਸ਼ੁਕੀਨ ਨਹੀਂ ਆ ਅੱਛਾ ਹਾਂਜੀ ਅਸੀਂ ਸ਼ੌਕ ਕਰਨੇ ਬਾਜ਼ੀਆਂ ਦੇ ਸਾਨੂੰ ਇਹਨਾਂ ਦਾ ਕੋਈ ਚੱਕਰ ਨਹੀਂ ਅਸੀਂ ਰੱਖਣਾ ਹੁੰਦਾ ਕਬੂਤਰ ਉਹ ਜਿੰਦੇ ਬੱਚੇ ਉੱਡਣ ਬੱਚੇ ਉੱਡਣ ਔਰ ਗਰਮੀ 'ਚ ਉੱਡਣ ਵਾਹ ਲੋ ਭਾਈ ਇਹ ਦੇਖ ਲਓ ਇਹ 5-6 ਜੋੜੇ ਭਾਜੀ ਨੇ ਦਿਖਾਤੇ ਆ ਔਰ ਕਮਾਲ ਦੇ ਕਬੂਤਰ ਆ ਸਰ ਇਹ ਦੇਖੋ ਜੀ ਸਰ ਗੋਲਡਨ ਇਹ ਵੀ ਪ੍ਰਿੰਸ ਗੋਲਡਨ ਦੇਖੋ ਜੀ ਜੋੜਾ ਇਹ ਘਰ ਦਾ ਬੱਚਾ ਬੁੱਚਾ ਹੀ ਆ ਕੋਈ ਨਹੀਂ ਜੋੜਾ ਲੱਗਿਆ ਜਨਾਬ ਅੱਛਾ ਵੱਡਾ ਹੀ ਜੋੜਾ ਵੱਡਾ ਜੋੜਾ ਹੁਣ ਤੁਹਾਨੂੰ ਛੱਡਾਂਗੇ ਮਾਦੀ ਬਿੰਦ ਨਾਲ ਲੱਗੀ ਹੋਏਗੀ ਪਰ ਦਿਖਾਓ ਜ਼ਰਾ ਕਮਾਲ ਹੋ ਗਿਆ ਛੋਟੇ ਕੁੰਦਿਆਂ 'ਚ ਇਨਸ਼ਾਅੱਲਾ ਬੱਚੇ ਅੱਛੇ ਉੱਡਣਗੇ ਪਰ ਛੋਟਾ ਕੁੰਦਾ ਨਹੀਂਗਾ ਯਾਰ ਹੈਗਾ ਤਾਂ ਪੂਰਾ ਕੁੰਦਾ ਵਾ ਬੱਚਿਆਂ ਦੇ ਕੁੰਦੇ ਛੋਟੇ ਹੋਣਗੇ ਇਨਸ਼ਾਅੱਲਾ ਉੱਡ ਕੇ ਘਰ ਆਣਗੇ ਲਓ ਜੀ ਗੋਲਡਨ ਕਬੂਤਰ ਦਾ ਵੀ ਸ਼ੌਕ ਕਰ ਲਓ ਸਰ ਚੈੱਕ ਕਰ ਲਓ ਸਾਖੀ ਭਾਈ ਨੇ ਜੇ ਸ਼ੈ ਲਈ ਆ ਨਾ ਤਾਂ ਬ੍ਰਾਂਡ ਹੀ ਲਏ ਅਲਹਮਦੁਲਿਲਾ ਔਰ ਬ੍ਰਾਂਡ ਲੱਭੀ ਦੇ ਆ ਔਰ ਮੈਂ ਆਪਣੇ ਸਬਸਕ੍ਰਾਈਬਰ ਵੀਰਾਂ ਦਾ ਸ਼ੁਕਰੀਆ ਦਾ ਖਸੂਸੀ ਕਰਦਾ ਭਾਈ ਨੇ ਆਪਣੀ ਵੀਡੀਓ ਦੇ ਵਿੱਚ ਆਏ ਨਹੀਂ ਤਾਂ ਮੈਂ ਕਹਿੰਦਾ ਸੀ ਮੈਂ ਤੁਹਾਡੀ ਵੀਡੀਓ ਬਣਾਉਂਦਾ ਵਾਂ ਔਰ ਯਕੀਨ ਕਰੋ ਇਹਨਾਂ ਨੇ ਰੂਹ ਰਾਜ਼ੀ ਕਰਤੀ ਸਰ ਬੜੇ ਬੜੇ ਸ਼ਾਨਦਾਰ ਹੁਣ ਕੋਈ ਖਾਸ ਹੋਰ ਜੋੜਾ ਵੀ ਹੈਗਾ ਉਹ ਵੀ ਦਿਖਾ ਦਿਓ ਸਰ ਤੁਹਾਨੂੰ ਮਾਦੀ ਪਹਿਲੇ ਦੀ ਸ਼ੋਅ ਕਰਾਉਂਦੇ ਅੱਛਾ ਗੋਲਡਨ ਦੀ ਮਾਦੀ ਦਾ ਸ਼ੋਅ ਕਰੋ ਸਰ ਹੈਲੋ ਅੱਛਾ ਇਹ ਵੀ ਗੋਲਡਨ ਹੀ ਹੈ ਯਾਰ ਹਾਂਜੀ ਸਰ ਆ ਵੀ ਗੋਲਡਨ ਹੈ ਲੋਕ ਇਹਨਾਂ ਨੂੰ ਕਹਿੰਦੇ ਨੇ ਜੀ ਇਹ ਸਾਧਨਾ ਨੇ ਉਸ ਆਦਮੀ ਆ ਨਜ਼ੀਰ ਸਾਹਿਬ ਵਾਲੇ ਲੇਕਿਨ ਇਹ ਕਬੂਤਰ ਹੈਗੇ ਨੇ ਇਹਨਾਂ ਦੇ ਗੋਲਡਨ ਪ੍ਰਿੰਸ ਗੋਲਡਨ ਨੇ ਆ
ਜਿਸ ਕਬੂਤਰ ਚ ਇਹ ਦੋ ਪਾਰ ਆ ਜਾਣਾ ਅੱਛਾ ਕਬੂਤਰ ਬੱਚੇ ਘਰ ਵੀ ਲਿਆਏਗਾ ਆਪ ਵੀ ਉਹਦੇ ਚ ਪ੍ਰਵਾਸ ਸ਼ਾਮ ਤੱਕ ਹੋਏਗੀ ਮੇਰੇ ਉਸਤਾਦ ਨੇ ਉਹਨਾਂ ਚੀਜ਼ ਸਮਝਾਈਏ ਇਹ ਪਰ ਦੇਖ ਰਹੇ ਹੋ ਖਾਕੀ ਹੈ ਇਹ ਖਤੰਗ ਕਬੂਤਰ ਤੁਸੀਂ ਸੁਣਿਆ ਹੈਗਾ ਨਾਮ ਉਹਨਾਂ ਚ ਵੀ ਇਸ ਤਰ੍ਹਾਂ ਦੇ ਪਾਰ ਹੁੰਦੇ ਨੇ ਅੱਛਾ ਇਹ ਮਾਦੀ ਆ ਹਨਾ ਤੇ ਮਾਦੀ ਦਾ ਪਾਰ ਕਿੱਦਾਂ ਸ਼ਾਨਦਾਰ ਯਾਰ ਇਹ ਜੋੜੇ ਲੱਗਾ ਵਾਹ ਜੀ ਵਾਹ ਹੁਣ ਉਡਣ ਵਾਲੇ ਜਿਹੜੇ ਦੋ ਚਾਰ ਕਬੂਤਰ ਸੀ ਉਹ ਵੀ ਦਿਖਾ ਦਿਓ ਆਪਾਂ ਲੋ ਭਾਈ ਜਾਨ ਇਹ ਜੋੜੇ ਹੋ ਗਏ ਆ ਹੋਰ ਦੋ ਚਾਰ ਜੋੜੇ ਹੈਗੇ ਭਾਈ ਕੋ ਲੇਕਿਨ ਸਾਡੇ ਕੋਲ ਟਾਈਮ ਦੀ ਕਮੀ ਦੀ ਵਜ੍ਹਾ ਨਾਲ ਅਸੀਂ ਵੀਡੀਓ ਨਹੀਂ ਹੋਰ ਜੋੜਿਆਂ ਦੀ ਬਣਾ ਸੀ ਤੁਹਾਨੂੰ ਮੈਂ ਤੁਰਦੇ ਫਿਰਦੇ ਦਿਖਾ ਦੂੰਗਾ ਇਹ ਬੱਚਾ ਸਰ ਚੈੱਕ ਕਰੋ ਜ਼ਰਾ ਘਰ ਦਾ ਇਹ ਬੱਚੇ ਜਿੰਨੇ ਕਬੂਤਰ ਦਾ ਸਾਰੇ ਘਰ ਦੇ ਆ ਬੱਚੇ ਆ ਹਾਂਜੀ ਇਹਨਾਂ ਦਾ ਮਾਂ ਪਿਓ ਇਹਦੇ ਵਿੱਚ ਇਹਦਾ ਮਾਂ ਪਿਓ ਵੀ ਮੈਂ ਤੁਹਾਨੂੰ ਦਿਖਾਣਾ ਨਹੀਂ ਇਹਦਾ ਮਾਂ ਪਿਓ ਨਹੀਂ ਦਿਖਾਇਆ ਜੀ ਅੱਛਾ ਦਿਖਾਇਆ ਨਹੀਂ ਹਜੇ ਦਿਖਾਇਆ ਕਿੰਨੇ ਵਜੇ ਬੈਠਾ ਇਹ ਬੱਚਾ ਇਹ ਸਰ ਅੱਜ ਬੈਠਾ ਹੈ 4:15 ਇਹੀ ਬੈਠਾ ਨਾ ਸਰ ਹਾਂਜੀ ਇਹੀ ਇਹੀ ਬੈਠਾ ਨਹੀਂ ਜਿਹੜਾ ਸ਼ਾਨੇਰੇ ਚ ਬੈਠਾ ਵਾ ਉਹ ਦਿਖਾਈ ਸੀ ਤੁਹਾਨੂੰ ਵਾਤਾ ਸਭ ਉਹ ਦਿਖਾਤਾ ਇਹ 4:15 ਵਜੇ ਅੱਜ ਬੈਠਾ ਜਨਾਬ ਭਾਈਏ 5-5 ਗਲੀ ਦਾ ਬੱਚਾ ਜੇ ਗਰੰਟੀ ਹੋਏਗੀ ਇਹਨਾਂ ਦੀ ਹਰ ਤਰ੍ਹਾਂ ਦੀ ਯਾਰ ਭਾਜੀ ਇਹਦਾ ਕੁੰਡਾ ਕਿੱਦਾਂ ਲੰਮਾ ਮਾਸ਼ਾਅੱਲਾ ਯਾਰ ਅੱਲਾ ਨਜ਼ਰੇ ਬਾਤ ਹੋ ਜਾਏ 5 ਪਾਰ ਦਾ ਚੈੱਕ ਕਰੋ ਬੱਚਾ ਦੀ ਬੰਦਰ ਚੈੱਕ ਕਰੋ ਯਾਰ ਇਹ ਦੇਖੋ ਮੈਨੂੰ ਪੂਰਾ ਕਬੂਤਰ ਲੱਗਣ ਦਿਆ ਹੀ ਬਲੀਵ ਕਰੋ ਇਹਦਾ ਮਾਂ ਪਿਓ ਹੀ ਹੋ ਇਹ ਮਾਦੀ ਜਿਹਦੀ ਅੱਛਾ ਜਿਹੜੀ ਮਾਦੀ ਤੁਸੀਂ ਕਹਿੰਦੇ ਸੀ ਸਾਬ ਤੁਸੀਂ ਕਲੰਦਰ ਪਾਕ ਵਾਲੀ ਕਲੰਦਰ ਪਾਕ ਵਾਲੀ ਕਲੰਦਰੀ ਮਾਦੀ ਸਰ ਕਲੰਦਰੀ ਮਾਦੀ ਕਿਆ ਯਾਰ ਮਾਦੀ ਹੈ ਇੱਕ ਮਾਦੀ 7 ਅਸੀਂ 7 ਸ਼ਰੀਫ ਗਏ ਸਾਂ ਅਸੀਂ ਉੱਥੋਂ ਮਾਦੀ ਲਿਆਂਦੀ ਸੀ ਅੱਛਾ ਅਸੀਂ ਤਾਂ ਨਾ ਹੀ ਕਲੰਦਰ ਪਾਕ ਵਾਲੀ ਪਾਇਆ ਫੜ ਕੇ ਲਿਆਂਦੀ ਕਿ ਮੁੱਲ ਲਿਆਂਦੀ ਸੀ ਨਹੀਂ ਉੱਥੋਂ ਪੈਸਿਆਂ ਦੀ ਲੈ ਕੇ ਆਇਆ ਸਾਂ ਅਸੀਂ ਬਹੁਤ ਸ਼ਾਨਦਾਰ ਮਾਦੀ ਇਹਦਾ ਪਰਖ ਹੈਗੀ ਕਬੂਤਰਾਂ ਦੀ ਭਰਾ ਨੂੰ ਮੇਰੇ ਉਸਤਾਦ ਸਾਹਿਬ ਨਾਲ ਗਏ ਸੀ ਅੱਛਾ ਰਹਿਮਤ ਕਿਆ ਬਾਤ ਹੈ ਉਸਤਾਦ ਕੜੀਆਂ ਉਦੋਂ ਦੀਆਂ ਪਈਆਂ ਅਜੇ ਦੋ ਕਲੰਦਰਾਂ ਦੀਆਂ ਕੜੀਆਂ ਵੀ ਪਈਆਂ ਦੇਖ ਲਓ ਸਰ ਕਲੰਦਰੀ ਕਬੂਤਰ ਆਪਾਂ ਵੀਡੀਓ ਦਾ ਨਾਂ ਰੱਖਣਾ ਕਲੰਦਰੀ ਕਬੂਤਰ ਕਿਆ ਬਾਤ ਹੈ ਸਰ ਕਿਆ ਬਾਤ ਹੈ ਮਾਸ਼ਾਅੱਲਾ ਇਹ ਚੈੱਕ ਕਰੋ ਸਰ ਕਬੂਤਰ ਤੁਸੀਂ ਕਲੰਦਰੀ ਕਬੂਤਰ ਭਰਾ ਦੇ ਕਲੰਦਰ ਬਾਬਾ ਦੇ ਕਲੰਦਰੀ ਕਬੂਤਰ ਜਨਾਬ ਮਾਸ਼ਾਅੱਲਾ ਮਜ਼ਾ ਆ ਗਿਆ ਜੀ ਲਓ ਸਰ ਇਹ ਚੈੱਕ ਕਰੋ ਜੀ ਸਾਧ ਨੇ ਕਬੂਤਰ ਸਰ ਆ ਗਿਆ ਘਮੱਗਰ ਕਬੂਤਰ ਹੀ ਆ ਇਹ ਚਲੋ ਭਾਅ ਜੀ ਆਪਾਂ ਇਹ ਚੈੱਕ ਕਰੋ ਪੱਲੇ ਸਲਾਰੀ ਗੋਲਡਨ ਸਰ ਕਮਾਲ ਦੀ ਮਾਦੀ ਆ ਮਾਦੀ ਆ ਕਿ ਨਾਰਾ ਇਹ ਨਹੀਂ ਪਤਾ ਹਜੇ ਤੁਸੀਂ ਉਹ ਫੜੀ ਜਿਹੜੀ ਮਾਦੀ ਦਿਖਾਓ ਫਿਰ ਆਪਾਂ ਹਨਾ ਨਿਕਲੀਏ ਡੱਬੇ ਪਾ ਕੇ ਲੇਟ ਹੋ ਜਾਣਾ ਇਹ ਸਰ ਮਾਦੀ ਇੱਕ ਇਹਨਾਂ ਨੇ ਮੁਖਾਲਫ ਪਾਰਟੀ ਦੀ ਫੜੀ ਆ ਜੀ ਕਿੰਨੇ ਵਜੇ ਰਾਤ ਨੂੰ ਇਹ ਪਰਸੋਂ ਫੜੀ ਜੀ 7:45 ਰਾਤ ਨੂੰ 7:45 ਲਾਈਟਾਂ ਦੇ ਇਹਨਾਂ ਦਾ ਕਬੂਤਰ ਪੈਂਦਾ ਉਹਦੇ ਨਾਲ ਆ ਕੇ ਬੈਠੀ ਲਓ ਜੀ ਭਾਈ ਜਾਨ ਤੁਹਾਨੂੰ ਨਾਲ ਇਹਦਾ ਸਰਪ੍ਰਾਈਜ਼ ਵੀ ਦਿੰਦੇ ਹਾਂ ਭਾਈ ਜਾਨ ਇਹ ਮਾਦੀ ਭਾਅ ਜੀ ਨੇ ਫੜੀ ਦੁਸ਼ਮਣਾਂ ਦੀ ਜਿਹੜਿਆਂ ਨਾਲ ਬਾਜ਼ੀਆਂ ਲੱਗਦੀਆਂ ਉਹਨਾਂ ਦੀ ਫਿਰ ਆ ਗਈ ਰਾਤ ਨੂੰ 8:00 7:45 ਹਨੇਰੇ 'ਚ ਲਾ ਰਿਹਾ ਮਾਦੀ ਨੂੰ ਦੁਬਾਰਾ ਇਹ ਟਾਂਕੀ ਸੀ ਵਿੱਚੋਂ ਅੱਛਾ ਇਹ ਮੈਂ ਖੋਲ੍ਹੀ ਮਾਦੀ ਇਹ ਫੋਨ ਨੰਬਰ ਉਹਨਾਂ ਦਾ ਪਿਆ ਜੀ ਟਾਂਕੀ 7:45 ਬੈਠੀ ਹਾਂਜੀ ਹਨੇਰੇ 'ਚ ਲਾ ਰਹੇ ਨੇ ਆਹ ਭਾਅ ਜੀ ਫੋਨ ਨੰਬਰ ਇਹ ਫੋਨ ਨੰਬਰ ਹੈਗਾ ਜੀ ਵਾਹ ਆਸਾਨ ਹੋਣ ਲੱਗ ਪਈ ਭਾਅ ਜੀ ਕਬੂਤਰ ਦਿਖਾ ਰਹੇ ਹਾਂ ਚੁੱਪ ਕਰਕੇ ਸਾਨੂੰ ਇਜਾਜ਼ਤ ਦਿਓ ਅਤੇ ਆਪਾਂ ਲੈ ਕੇ ਕਬੂਤਰ ਘਰ ਚੱਲੀਏ ਦੇਖੋ ਕੈਸੇ ਕੈਸੇ ਬ੍ਰਾਂਡ ਦੇ ਕਬੂਤਰ ਹੈ ਸਰ ਇਹ ਸਾਰੇ ਕਬੂਤਰ ਭਰਾ ਕੇ ਲੈ ਲਏ ਅਸੀਂ ਬਾਕੀ ਗਾਂ ਭਾਅ ਜੀ ਨਸੀਬ ਅਜ਼ਾਨ ਹੋ ਰਹੀ ਆ ਅੱਲਾ ਦੇ ਸੁਰਦ ਅੱਲਾ ਹਾਫਿਜ਼।